ਲਓ ਜੀ ਆਂਟੀ ਜੀ ਲੈ ਕੇ ਜਾ ਰਹੇ ਸਾਨੂੰ। เดี๋ยวเสือเดี๋ยวไทยจะแบนนะไทยจะแบนพี่ห้องมังมาแล้วพี่ไทยแบนให้หน่อยਹੁਣ ਅਸੀਂ ਚੱਲੇ ਹੈਗੇ ਕੋਰਸਲਾਈਨ ਆਈਲੈਂਡ ਅਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਦਾ ਆਲਾ ਦੁਆਲਾ ਅਤੇ ਸਮੁੰਦਰ ਦੇ ਵਿਊ। ਅਤੇ ਰਾਸਾ ਸਾਡੇ ਨਾਲ ਸਤੀਸ਼ ਜੀ ਹੈ, ਡਾਕਟਰ ਸਤੀਸ਼ ਇਹ ਸਾਡੇ ਨਾਲ ਰਾਜਪੁਰੇ ਤੋਂ ਹੈ ਫਰੈਂਡ। ਚਲੋ ਬਿਲਕੁਲ ਬਿਲਕੁਲ ਸਰ, ਚਲੋ ਚਲੋ ਸਰ। ਹਾਂ ਜੀ ਡਾਕਟਰ ਨੀਚੇ ਜਾ ਰਹੇ ਹਾਂ। ਹੁਣ ਤੁਹਾਨੂੰ ਕੋਰਸਲਾਈਨ ਕੋਰਸ ਕਿਹੜਾ ਸੀਗਾ? ਸਹੀ ਹੈ, ਕੋਸਟਲਾਈਨ ਆਈਲੈਂਡ ਹੈ ਕੋਈ, ਉੱਥੇ ਤੁਹਾਨੂੰ ਘੁੰਮਾਉਣ ਲੈ ਕੇ ਚੱਲਦੇ ਹਾਂ। ਓਕੇ, ਉੱਥੇ ਸਮੁੰਦਰ ਦੇ ਵਿਊ ਦਿਖਾਵਾਂਗੇ ਤੁਹਾਨੂੰ ਨਾਲੇ। ਬਿਲਕੁਲ, ਅਤੇ ਅੱਜ ਦਿਖਾਉਂਦੇ ਹਾਂ ਉਹਨੂੰ ਪਤਾ ਇਹਦਾ ਨਜ਼ਾਰਾ ਕਿਆ ਹੁੰਦਾ ਹੈ। ਕੱਲ੍ਹ ਅਸੀਂ ਐਕਚੁਲੀ ਥੋੜ੍ਹਾ ਜਿਹਾ ਲੇਟ ਹੋ ਗਏ ਸੀ, ਥਕਾਵਟ ਬਹੁਤ ਹੋਈ ਸੀ, ਇਸ ਕਰਕੇ ਵਲੋਗ ਕੰਟੀਨਿਊ ਨਹੀਂ ਕਰ ਪਾਏ। ਓਕੇ, ਠੀਕ ਹੈ ਨਾ ਜੀ। ਹੁਣ ਅਸੀਂ ਕੋਰਸਲਾਈਨ ਆਈਲੈਂਡ ਜਾਣ ਲੱਗੇ ਹੈ, ਅਤੇ ਦਿਸ ਇਜ਼ ਇਹ ਵਹੀਕਲ ਦੇ ਵਿੱਚ ਅਸੀਂ ਜਾਣ ਲੱਗੇ ਹਾਂ। ਇਹ ਹੈ ਵਾਕਿੰਗ ਸਟ੍ਰੀਟ, ਜੋ ਕਿ ਪਟਿਆਲਾ ਦੀ ਮਸ਼ਹੂਰ ਸਟ੍ਰੀਟ ਹੈ। ਰੈੱਡ ਲਾਈਟ ਏਰੀਆ ਹੈਗਾ ਇਹ, ਆਪਾਂ ਚੰਗੀ ਚੀਜ਼ ਵੀ ਦਿਖਾਉਣੀ ਹੈ, ਮਾੜੀ ਚੀਜ਼ ਵੀ ਦਿਖਾਉਣੀ ਹੈ। ਇੱਥੇ ਸਾਰੇ ਘੁੰਮਣ ਆਉਂਦੇ ਹੈ, ਬਹੁਤ ਵਧੀਆ ਟੂਰਿਸਟ ਪਲੇਸ ਹੈਗਾ ਇਹ। ਮੈਂ ਤਾਂ ਹੀ ਤੁਹਾਨੂੰ ਅੱਛੀ ਚੀਜ਼ਾਂ ਵੀ ਦਿਖਾਊਂਗਾ, ਜਿਹੜੀ ਕਿ ਬਹੁਤ ਅੱਛੀ ਚੀਜ਼ਾਂ ਘੁੰਮਣ ਵਾਲੀਆਂ ਨੇ ਇੱਥੇ। ਸਾਹਮਣੇ ਆ ਗਿਆ ਬੀਚ ਰਾਓ ਸਾਹਿਬ, ਸਾਹਮਣੇ ਉਹ ਦੇਖੋ ਬੀਚ ਆ ਗਿਆ, ਉਹ ਦੇਖੋ ਸਾਹਮਣੇ। ਸਹੀ ਗੱਲ ਹੈ, ਆਪਾਂ ਇੱਧਰੋਂ ਘੁੰਮ ਗਏ ਬੀਚ ਨੂੰ ਆ ਜਾਂਦੇ। ਲਓ ਜੀ ਪਹਿਲਾ ਨਜ਼ਾਰਾ ਬੀਚ ਦਾ, ਸਮੁੰਦਰ ਦਾ, ਆਪਾਂ ਇਹ ਪਹਿਲਾ ਐਕਸਪੀਰੀਅੰਸ ਹੈ ਸਮੁੰਦਰ ਦੇ ਨੇੜੇ ਆਉਣ ਦਾ। This beach name, this beach name, Beach Lost. Okay, Beach Lost, Beach Lost. Yeah. Okay, again we'll come here. The dear sir, the Thai Japan, not Thai Japan. พี่ห้องมังมาแล้วพี่ไทยแบนให้หน่อย7ยาดิสิเดี๋ยวไทยจะแบนนะขอไอเดนติตี้ยังไม่มาใช่ไหม7 again will come here this is NL 7 NK okay sir เดี๋ยว we need your name and passport number right on the book นะ we making insurance for you okay this one this book we have to write yeah name and passport number sir number the count passport number 7 yeah, okay number 7 hazir madam hazir ਲੋ ਜੀ ਆਂਟੀ ਜੀ ਲੈ ਕੇ ਜਾ ਰਹੇ ਸਾਨੂੰ ਬੋਰਡ। ਚਾਚੀ ਜੀ ਤਾਈ ਜੀ ਲੋ ਜੀ ਦੇਖੋ ਸਮੁੰਦਰ ਦਾ ਪਹਿਲਾ ਨਜ਼ਾਰਾ, ਦਿਸ ਇਜ਼ ਸਮੁੰਦਰ 2 ਓਕੇ ਨਾ ਹੋ ਸਕਰੀਨ ਬੈਡ ਵੇਟਿੰਗ ਨੀ ਨਾ ਵੇਟਿੰਗ ਯਾ ਵੇਟਿੰਗ ਵੀ ਆਰ ਵੇਟਿੰਗ ਲਓ ਜੀ ਪਹਿਲਾ ਸਮੁੰਦਰ ਦੇ ਵਿੱਚ ਇੰਟਰ ਕਰਦੇ ਹੋਏ। ਹਾਂਜੀ ਇਹ ਸਾਡੀ ਫੈਰੀ ਹੈ, ਫੈਰੀ ਨੰਬਰ 2, ਜਿਹਦੇ 'ਚ ਅਸੀਂ ਕੋਰਸਲਾਈਨ ਆਈਲੈਂਡ ਜਾਣਾ ਹੈਗਾ। ਓ ਸੱਚੇ ਦਰਬਾਰ ਕੀ ਜੈ ਕਰਾ ਵੀਰ ਬਜਰੰਗੇ ਹਰ ਮਹਾਦੇਵ ਹਰ ਮਹਾਦੇਵ। ਚਲੋ ਲਓ ਜੀ ਵੀ ਆਰ ਇਨਸਾਈਡ।
फर्स्ट स्टॉप पैरा सेलिंग, यहाँ पे आप सभी लोग पैरा सेलिंग करेंगे ओके। इसके बाद ले जाएंगे सेकेंड स्टॉप अंडर सिबॉम नियर बाई आईलैंड, यहाँ से 15 किलोमीटर आगे है दूसरा स्टॉप पानी वाली चोटी। उसके बाद ले जाएंगे फाइनल स्टॉप कोरल आइलैंड के बीच में, ये दोहरा है जेस्की एंड बनाना बोट, उधर कुछ समय बिताएंगे। उसके बाद डायरेक्ट आपको पते लाएंगे इंडियन रेस्टोरेंट में लंच करा के आपको वहाँ ड्रॉप करेंगे जहाँ जहाँ से पिकअप किया है। सर डॉक्टर सतीश लो जी नेक्स्ट डेस्टिनेशन वास्ते जाते हुए डॉक्टर साहब एक्टिविटी करके कि लगे सर क्या बात है दिन की बीर बजरंगे सब बोले सोनिहाल। दोस्तों ये है जो आइलैंड है कोरल आइसलैंड, कोरल आइसलैंड है बनाना राइड्स, वो है बनाना राइड्स तीन जने बैठ के चलते हैं। लो जी ये है कोरल आइसलैंड पर धुप बहुत है, वेरी गर्मी, हाँ बहुत ज़्यादा गर्मी है, खड़िया नहीं जा रहा है ना कि शौक है, शौक लो फटाफट